ਤਕਰੀਬਨ 12:15 ਵਜੇ ਦੀ ਗੱਲ ਹੈ। ਕੋਰਟ ਕੰਪਲੈਕਸ ਲੁਧਿਆਣੇ ਦੇ ਵਿੱਚ ਸੈਕੰਡ ਫਲੋਰ ਦੇ ਉੱਤੇ ਜਿਹੜਾ ਪਬਲਿਕ ਟਾਇਲਟ ਹੈ ਉਹਦੇ 'ਚ ਇੱਕ ਧਮਾਕੇ ਦੀ ਆਵਾਜ਼ ਆਈ ਸੀਗੀ ਔਰ ਇਮੀਡੀਏਟਲੀ ਅਸੀਂ ਸਾਰੇ ਸੀਨੀਅਰ ਅਫਸਰ ਅਸੀਂ ਰਸ਼ ਕੀਤੇ ਮੌਕੇ 'ਤੇ ਅਤੇ ਉਹਦੇ 'ਚ ਇੱਕ ਗੱਲ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ 'ਚ ਆਈ ਕਿ ਇਹਦਾ ਕਾਰਨ ਨਹੀਂ ਪਤਾ ਲੱਗ ਸਕਿਆ ਕਿਉਂਕਿ ਇਮੀਡੀਏਟਲੀ ਮੁਸ਼ਕਲ ਹੋ ਜਾਂਦਾ ਕਿ ਕਿਸੇ ਕੰਕਲੂਜਨ 'ਤੇ ਪਹੁੰਚਣਾ। ਪਰ ਇੱਕ ਜਿਹੜਾ ਸਸਪੈਕਟ ਹੈ ਜਿਹੜਾ ਬੰਦਾ ਜਿਹਦੀ ਬਾਡੀ ਉੱਥੇ ਮਿਲੀ ਹੈ ਉਹਨੂੰ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਲੱਗ ਰਿਹਾ ਕਿ ਉਹਦੇ ਕੋਲ ਹੀ ਇੰਪੈਕਟ ਸੀਗਾ ਜਾਂ ਐਕਸਪਲੋਸਿਵ ਦਾ ਜਾਂ ਉਹ ਬਹੁਤ ਨੇੜੇ ਸੀ ਜਾਂ ਉਹ ਕੈਰੀ ਕਰ ਰਿਹਾ ਸੀਗਾ। ਇਹ ਪ੍ਰੀਲਿਮਿਨਰੀ ਗੱਲ ਹੈ, ਇਹਨੂੰ ਕੋਈ ਕਨਫਰਮ ਨਹੀਂ ਕਹਿ ਸਕਦੇ ਅਤੇ ਬਾਕੀ 4 ਜਿਹੜੇ ਇੰਜਰਡ ਹੈ ਉਹ ਸਾਰੇ ਆਊਟ ਆਫ ਡੇਂਜਰ ਹੈ, ਉਹਨਾਂ ਨੂੰ ਇਮੀਡੀਏਟਲੀ ਅਸੀਂ ਹੋਸਪਿਟਲਾਈਜ਼ ਕਰਵਾ ਦਿੱਤਾ ਸੀ। ਦੇ ਆਰ ਓਕੇ, ਸਾਰੇ ਹੋਸਪਿਟਲ ਅਥਾਰਟੀਜ਼ ਨਾਲ ਗੱਲ ਹੋ ਗਈ, ਸਾਰਾ ਏਰੀਆ ਅਸੀਂ ਕਲੀਅਰ ਕਰ ਲਿਆ। ਸਾਡੀ ਜਿਹੜੀ ਐਂਟੀ ਸਬੋਟਾਜ ਟੀਮ ਹੈ ਉਹ ਸਾਰਾ ਕੋਰਟ ਕੰਪਲੈਕਸ ਸਰਚ ਕਰ ਰਹੀ ਹੈ, ਬੰਬ ਡਿਸਪੋਜ਼ਲ ਟੀਮ ਵੀ ਆ ਚੁੱਕੀ ਹੈ ਸਾਡੇ ਕੋਲ ਔਰ NSG ਦੀ ਟੀਮ ਜਿਹੜੀ ਹੈ ਉਹ ਦਿੱਲੀ ਤੋਂ ਚੱਲ ਚੁੱਕੀ ਹੈ। ਉਸ ਤੋਂ ਇਲਾਵਾ ਜਿਹੜੇ ਬਾਕੀ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਡਿਟੈਕਟਿਵ ਸਟਾਫ ਵਾਲੇ, ਉਹ ਸਾਰਾ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਔਰ ਸਾਰੇ CCTV ਵਗੈਰਾ ਜਿਹੜੀਆਂ ਚੀਜ਼ਾਂ ਨੇ ਉਹ ਦੇਖ ਰਹੇ ਹਾਂ।